ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਬਹਿਣ ਆਏ ਹਾਂ ਤੇ ਇੱਥੇ ਬੈਠੇ ਹਾਂ ਸਾਡਾ ਵੱਡਾ ਜੀ ਭਗਰਮਾਨ, ਮੇਰਾ ਭਰਾ ਰਮਜੀਤ ਬਾਵਾ, ਇਹਨਾਂ ਨੇ ਸਾਰੀਆਂ ਗੱਲਾਂ ਬੋਲਤੀਆਂ। ਮੈਂ ਸਿਰਫ ਇੱਕ ਲਾਇਨ ਬੋਲੂੰਗਾ ਆਪਣੇ ਗੀਤ ਦੀ ਤੇ ਅਰਦਾਸ ਹੈ ਮੇਰੇ ਦਿਲ ਤੋਂ। ਕਹਿੰਦਾ ਗਤਾਰਾਂ ਵਿੱਚ ਨਹੀਂ ਸੇਵਾ ਤਾਰਾਂ ਵਿੱਚ ਰੱਖੀ, ਹੱਕ ਲੈਣ ਵਾਲੇ ਹੱਕ ਤਾਰਾਂ ਵਿੱਚ ਰੱਖੀ, ਜੋ ਛੱਡ ਆਪਾਂ ਇਨਸਾਨੀਅਤ ਲਈ ਜਿਉਂਦੇ ਇਹੋ ਜਿਹੇ ਸੱਚੇ ਸਰਦਾਰਾਂ ਵਿੱਚ ਰੱਖੀ, ਉਹੀ ਮੱਤ ਉਹੀ ਪਿੰਡ ਉਹੀ ਧਾਰਾਂ ਵਿੱਚ ਰੱਖੀ। ਉਹਨਾਂ ਚ ਰਹੇ ਆ, ਉੱਥੇ ਹੀ ਰਹਿੰਦੇ ਆ, ਹਜੇ 2 ਸਾਲ ਪਹਿਲਾਂ ਮੈਂ ਖੇਤੀ ਛੱਡੀ ਆ ਤੇ ਸਾਰੀਆਂ ਗੱਲਾਂ ਸਾਰੇ ਕੋਲ ਸਮਝਦੇ ਆ, ਗੱਲਾਂ ਸਾਰੀਆਂ ਬਾਈ ਜੀ ਉਹਨਾਂ ਨੇ ਕਰਤੀਆਂ। ਮੈਨੂੰ ਪਤਾ ਵੀ ਰਾਜਵਾਲ ਸਾਹਿਬ ਵੀ ਆ ਗਏ, ਸਾਰੇ ਜਿਹੜੇ ਬੁਲਾਰੇ ਨੇ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਆ। ਤੁਹਾਡੇ ਸਾਰਿਆਂ ਨੂੰ ਗੱਲਾਂ ਸਲੂਟ ਆ, ਜਿੰਨੇ ਜੋਗੇ ਹੈਗੇ ਉਨੇ ਜੋਗੇ ਨਾਲ, ਜਿੱਥੇ ਖੜੋਗੇ ਉੱਥੇ ਖੜਾਂਗੇ, ਜਿੱਥੇ ਅੜਨਾ ਪਊ ਉੱਥੇ ਅੜਾਂਗੇ। ਇਹ ਬਦਮਾਸ਼ੀ ਕੱਲੀ ਗੀਤਾਂ ਚ ਨਹੀਂ, ਬਦਮਾਸ਼ੀ ਕੱਲੀ ਗੀਤਾਂ ਜਾਂ ਉਹਨਾਂ ਵਿੱਚ ਨਹੀਂ। ਹੁਣ ਅਸਲ ਟਾਈਮ ਆ ਜਦੋਂ ਮੂਹਰੇ ਬੰਦਾ ਖੜਾ ਪਕੜਾ, ਉੱਥੇ ਬਦਮਾਸ਼ੀ ਕਰਨ ਦਾ ਸਵਾਦ ਆ। ਮਾੜੇ ਨੂੰ ਦੱਬਣਾ ਕਦੇ ਬਦਮਾਸ਼ੀ ਨਹੀਂ ਹੁੰਦੀ। ਹੁਣ ਸਾਰੇ ਵਾਲੇ ਇਕੱਠੇ ਹੋ ਕੇ ਹੁਣ ਜਿਹੜੀ ਇਹ ਗੱਲਾਂ ਨੇ ਤਰੀਕੇ ਨਾਲ ਸਹਿਜ ਨਾਲ ਆਪਣੇ ਹੱਕ ਲੈਣੇ ਆ। ਮਾਲਕ ਸਭ ਨੂੰ ਰਾਜ਼ੀ ਰੱਖੇ, ਸਭ ਨੂੰ ਚੜ੍ਹਦੀ ਕਲਾ ਚ ਰੱਖੇ। ਤੁਹਾਡੀ ਸਾਰਿਆਂ ਨੂੰ ਜਿਹੜੇ ਤੁਸੀਂ ਬੈਠੇ ਹੋ ਤੁਹਾਡੇ ਸਲੂਟ ਆ। ਇੱਕ ਵਾਰ ਜਗਾਰਾ ਲਾ ਦਈਏ, ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ।